ਸਤਿ ਸ਼੍ਰੀ ਅਕਾਲ, ਮੈਂ ਹਾਂ ਅੰਮ੍ਰਿਤ ਵਿਰ ਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਅੱਜ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੇ ਅਖਾੜੇ ਦੀ। ਪੇਂਡੂ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਵਧੀਆਂ ਹੋਏ ਨੇ, ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕੁਝ ਸਮਾਂ ਜਿਹੜਾ ਹੈ ਉਹ ਪੰਚਾਇਤੀ ਚੋਣਾਂ ਦੇ ਵਾਸਤੇ ਰਹਿ ਗਿਆ ਹੈ। ਇਸ ਵੇਲੇ ਜਿਹੜਾ ਹੈ ਪੂਰੀ ਜੱਦੋਜਹਿਦ ਲਗਾ ਰਹੀਆਂ ਨੇ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਇੱਕ ਦੂਜੇ ਨੂੰ ਚੇਤ ਕਰਨ ਦੇ ਲਈ। ਹਰ ਪਾਸੇ ਜੇਕਰ ਦੇਖਿਆ ਜਾਵੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅਤੇ ਖਾਸ ਗੱਲ ਇਸ ਵਾਰ ਇਹਨਾਂ ਚੋਣਾਂ ਦੀ ਹੈ, ਮਹਿਲਾਵਾਂ ਜਿਹੜੀਆਂ ਨੇ ਉਹ ਇਸ ਵਾਰ ਜਿਹੜਾ ਹੈ ਉਹ ਵੱਧ ਚੜ੍ਹ ਕੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਖਾਸ ਕਰਕੇ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਹੈ ਉਹ ਫੀਮੇਲ ਕੈਂਡੀਡੇਟ, ਮਹਿਲਾ ਉਮੀਦਵਾਰ ਜਿਹੜੀਆਂ ਨੇ ਉਹ ਜ਼ਿਆਦਾ ਨੇ। ਅਸੀਂ ਪਹੁੰਚੇ ਹੋਏ ਹਾਂ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਦੇ ਵਿੱਚ। ਇੱਥੇ ਵੀ ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਦੇ ਲਈ ਦੋਵਾਂ ਧਿਰਾਂ ਵੱਲੋਂ, ਅਕਾਲੀ ਅਤੇ ਕਾਂਗਰਸੀਆਂ ਵੱਲੋਂ, ਦੋਨਾਂ ਵੱਲੋਂ ਵੀ ਜਿਹੜੀਆਂ ਉਮੀਦਵਾਰ ਨੇ ਉਹ ਮਹਿਲਾ ਉਮੀਦਵਾਰ ਨੇ। ਸਿਰਫ ਸਰਪੰਚੀ ਦੇ ਲਈ ਨਹੀਂ ਬਲਕਿ ਪੰਚੀ ਦੇ ਲਈ ਵੀ ਜਿਹੜੀਆਂ ਉਹ ਮਹਿਲਾਵਾਂ ਉਮੀਦਵਾਰ ਨੇ। ਇੱਕ ਤਾਂ ਬਹੁਤ ਇੱਕ ਚੰਗੀ ਗੱਲ ਹੈ ਕਿ ਮਹਿਲਾਵਾਂ ਨੂੰ ਇੱਕ ਜਿਹੜਾ ਹੈ ਉਹ ਪਲੇਟਫਾਰਮ ਮਿਲ ਰਿਹਾ ਅੱਗੇ ਆਉਣ ਦਾ। ਅਤੇ ਕੀ ਸੋਚ ਕੇ ਜਿਹੜਾ ਇਹ ਮਹਿਲਾਵਾਂ ਚੋਣ ਲੜ ਰਹੀਆਂ ਨੇ, ਕਿਹੜੇ ਮੁੱਖ ਮੁੱਦੇ ਰਹਿਣਗੇ, ਕੀ ਸੋਚਦੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਨਾਮ ਹੈ ਮਨਪ੍ਰੀਤ ਕੌਰ ਜੀ। ਮਨਪ੍ਰੀਤ ਕੌਰ ਜੀ, ਪਹਿਲੀ ਵਾਰ ਚੋਣ ਲੜ ਰਹੇ ਹੋ? ਹਾਂਜੀ। ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਕੁਝ ਸਮਾਂ ਜਿਹੜਾ ਹੁਣ ਰਹਿ ਗਿਆ ਹੈ ਤੇ ਪਿੰਡ ਵਾਲਿਆਂ ਦਾ ਕਿਸ ਤਰੀਕੇ ਦੇ ਨਾਲ ਸਾਥ ਮਿਲ ਰਿਹਾ? ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਹੈ ਜੀ ਸਾਡੇ ਨਾਲ। ਤੇ ਉਹ ਕਹਿੰਦੇ ਹਰ ਪਾਸੇ ਤੁਹਾਡੀ ਮਦਦ ਕਰਾਂਗੇ। ਇਹ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਕੌਰ ਨੇ ਪਹਿਲੀ ਵਾਰ ਜਿਹੜਾ ਹੈ ਚੋਣ ਅਖਾੜੇ ਦੇ ਵਿੱਚ ਉਤਰੇ ਨੇ, ਆਪਣੀ ਕਿਸਮਤ ਆਜ਼ਮਾ ਰਹੇ ਨੇ। ਪਿੰਡ ਵਾਲਿਆਂ ਦੀ ਹੱਲਾਸ਼ੇਰੀ ਦਾ ਸਦਕਾ ਹੈ ਤੇ ਇਹਨਾਂ ਦੱਸ ਦਈਏ ਇਹਨਾਂ ਦੇ ਪਤੀ ਜਿਹੜੇ ਨੇ ਸਾਬਕਾ ਸਰਪੰਚ ਨੇ, ਪਹਿਲਾਂ ਉਹ ਚੋਣ ਲੜਦੇ ਸੀਗੇ ਤੇ ਇਸ ਵਾਰ ਤੁਹਾਨੂੰ ਜਿਹੜਾ ਖੜਾ ਕਰਨ ਦਾ ਵਿਚਾਰ ਕਿਸ ਤਰ੍ਹਾਂ ਆਇਆ? ਸਾਡੇ ਜੀ ਇੱਥੇ ਲੇਡੀਜ਼ ਜਨਰਲ ਸੀਟ ਸੀ, ਤਾਂ ਕਰਕੇ ਜੀ ਤਾਂ ਲੇਡੀਜ਼ ਜਨਰਲ ਉਮੀਦਵਾਰ ਬਣੇ। ਅੱਛਾ, ਤੇ ਪੂਰੇ ਪਰਿਵਾਰ ਦਾ ਸਾਥ ਮਿਲਿਆ? ਹਾਂਜੀ, ਪੂਰੇ ਪਰਿਵਾਰ। ਮਨਪ੍ਰੀਤ, ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਅਖਾੜੇ ਦੇ ਵਿੱਚ ਉਤਰੇ ਹੋ? ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਰੱਖ ਕੇ ਤੁਸੀਂ ਜਿਹੜਾ ਪਿੰਡ ਵਾਲਿਆਂ ਨੂੰ ਕਹਿ ਰਹੇ ਹੋ ਕਿ ਉਹ ਤੁਹਾਨੂੰ ਵੋਟ ਦੇਣ? ਆਖਿਰਕਾਰ ਕਿਉਂ ਤੁਹਾਨੂੰ ਵੋਟ ਦੇਣਾ? ਸਾਡੇ ਪਿੰਡ ਜੀ ਇੱਕ ਤਾਂ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੈਗਾ, ਇਹ ਫਤਿਹਗੜ੍ਹ ਜ਼ਿਲ੍ਹੇ ਦਾ ਲਾਸਟ ਪਿੰਡ ਆ ਜੀ। ਇੱਥੇ ਬਿਲਕੁਲ ਵੀ ਕਿਧਰੇ ਪਾਸੇ ਕੋਈ ਉੱਨਤੀ ਦਾ ਕਾਰਨ ਹੈ ਨਹੀਂ। ਕਿਧਰੇ ਪਾਸੇ, ਹਰ ਪਾਸੇ ਹੀ ਕਿਤੇ ਪਾਣੀ ਨਿਕਾਸ ਖੜਨ ਤੋਂ ਗਲੀਆਂ ਕੱਚੀਆਂ ਜੀ, ਜਿਹੜਾ ਫਤਿਹਗੜ੍ਹ ਦੇ ਲਾਸਟ ਉਹਦੇ ਕਰਕੇ ਆ ਜੀ। ਇੱਥੇ ਜਿਹੜੀ ਮਤਲਬ ਕਿ ਸਹੂਲਤ ਘੱਟ ਆਈ, ਇਹਦੇ ਕਰਕੇ ਉਹ ਅਸੀਂ ਲੈ ਕੇ ਅੱਗੇ ਚੱਲਾਂਗੇ। ਅੱਛਾ, ਤੇ ਜੇਕਰ ਲੋਕਾਂ ਦਾ ਵਿਸ਼ਵਾਸ ਤੁਹਾਨੂੰ ਹਾਸਲ ਹੁੰਦਾ ਹੈ, ਸਰਪੰਚ ਦੀ ਜਿਹੜੀ ਸੀਟ ਤੁਹਾਨੂੰ ਮਿਲਦੀ ਹੈ, ਕਿਹੜੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਕਰੋਗੇ? ਅਸੀਂ ਤਾਂ ਜੀ ਪਹਿਲ ਦੇ ਆਧਾਰ ਤੇ ਪਿੰਡ ਦੀ ਤਰੱਕੀ ਵਾਸਤੇ ਹੀ ਕਰਾਂਗੇ। ਜਿਹੜੇ ਪਿੰਡ ਚ ਕਮੀਆਂ ਸਕੂਲ ਦੀਆਂ ਉਹ ਸਾਰੀਆਂ ਪੂਰੀਆਂ ਕਰਾਂਗੇ। ਤੇ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਦੇ ਵਿੱਚ ਸਰਵ ਸੰਮਤੀ ਦੇ ਨਾਲ ਚੋਣਾਂ ਜਿਹੜੀਆਂ ਏ ਉਹ ਕਰਵਾ ਕੇ ਕਈ ਜਗ੍ਹਾ ਸਰਪੰਚ ਚੋਣ ਲੱਗੇ ਨੇ, ਤੁਹਾਡੇ ਪਿੰਡ ਦੇ ਵਿੱਚ ਸਰਵ ਸੰਮਤੀ ਕਿਉਂ ਨਹੀਂ ਬਣੀ? ਸਾਡੇ ਪਿੰਡ 'ਚ ਜੀ ਪਾਰਟੀਆਂ ਵੱਧ ਨੇ ਜੀ, ਕਾਂਗਰਸ ਅਤੇ ਅਕਾਲੀਆਂ ਦੀ ਆਪਸ 'ਚ ਚੱਲਦੀ ਆ, ਸਰਵ ਸੰਮਤੀ ਹੋਣ ਨਹੀਂ ਰਹੀ ਜੀ। ਜਿਹੜੇ ਕਾਂਗਰਸ ਵਾਲੇ ਸੀ, ਅੱਛਾ, ਉਹ ਕਹਿੰਦੇ ਜੀ ਅਸੀਂ ਤਾਂ ਜੀ ਅਸੀਂ ਉਹ ਸੀਟ ਲੈਣੀ ਆ। ਯਾਨੀ ਤੁਸੀਂ ਕੋਸ਼ਿਸ਼ ਕੀਤੀ? ਹਾਂਜੀ ਕੀਤੀ ਅਸੀਂ। ਅੱਛਾ, ਪਰ ਹੋਈ ਨਹੀਂ ਸਰਵ ਸੰਮਤੀ। ਤੁਸੀਂ ਸਰਵ ਸੰਮਤੀ ਦੀ ਕੋਸ਼ਿਸ਼ ਕੀਤੀ, ਸੋ ਫਿਲਹਾਲ ਜਿਹੜਾ ਹੈ ਉਹ ਪੂਰੇ ਪਿੰਡ ਵਾਸੀਆਂ ਨੂੰ ਇੱਕ ਸੁਨੇਹਾ ਕੀ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਅਸੀਂ ਇਹ ਸੁਨੇਹਾ ਦੇਵਾਂਗੇ ਜੀ, ਜਿਹਨਾਂ ਨੇ ਵੋਟ ਪਾਓ ਉਹਨਾਂ ਦੀ ਦੇਖ ਕੇ, ਚੰਗੀ ਤਰ੍ਹਾਂ ਸੁਣ ਦੇਖ ਕੇ, ਉਹਨਾਂ ਦੇ ਕੰਮਾਂ ਦੇਖ ਕੇ ਉਹਨਾਂ ਨੂੰ ਵੋਟ ਪਾਓ। ਵੋਟ ਪਾਓ। ਅਤੇ ਅਸੀਂ ਦੇਖਿਆ ਕਿ ਵੋਟਾਂ ਦੇ ਵਿੱਚ ਨਾ ਲਾਲਚ ਬੜਾ ਤਰੀਕੇ ਦਾ ਦਿੱਤਾ ਜਾ ਰਿਹਾ, ਕਿਤੇ ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ, ਕਿਤੇ ਪੈਸਾ ਦਿੱਤਾ ਜਾ ਰਿਹਾ, ਤੁਸੀਂ ਇਸ ਸਭ ਤੋਂ ਪਰੇ ਲੋਕਾਂ ਨੂੰ ਭਰਮਾਉਣ ਦੇ ਵਿੱਚ ਕੀ ਕਰ ਰਹੇ ਹੋ? ਅਸੀਂ ਕਿਸੇ ਨੂੰ ਕੋਈ ਲਾਲਚ ਨਹੀਂ ਦੇ ਰਹੇ, ਅਸੀਂ ਪਹਿਲਾਂ ਤੋਂ ਹੀ ਰਾਸ਼ਨ ਵੰਡਦੇ ਆ ਰਹੇ ਗਰੀਬਾਂ ਲੋਕਾਂ ਵਾਸਤੇ, ਜਨਤਾ ਨੂੰ ਪਹਿਲਾਂ ਵੀ ਅਸੀਂ ਦੇ ਚੁੱਕੇ ਹਾਂ 5-6 ਵਾਰ। ਅਸੀਂ ਸਿਰਫ ਚੋਣ ਕਰਕੇ ਨਹੀਂ, ਅਸੀਂ ਪਹਿਲਾਂ ਤੋਂ ਹੀ ਗਰੀਬਾਂ ਦੀ ਮਦਦ ਕਰ ਰਹੇ ਹਾਂ, ਉਹਨਾਂ ਨੂੰ ਰਾਸ਼ਨ ਵਗੈਰਾ ਵੰਡ ਰਹੇ ਹਾਂ। ਠੀਕ ਹੈ, ਇਹ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਕੌਰ ਨੇ ਜਿਹੜੇ ਇਸ ਵੇਲੇ ਸਰਪੰਚੀ ਦੇ ਲਈ ਚੋਣ ਮੈਦਾਨ ਦੇ ਵਿੱਚ ਨੇ। ਫਿਲਹਾਲ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਿ ਸਰਵਸੰਮਤੀ ਹੋ ਸਕਦੀ ਸੀ ਪਰ ਕਾਂਗਰਸ ਸੱਤਾਧਾਰੀ ਪਾਰਟੀ ਦੇ ਕਰਕੇ ਜਿਹੜੀ ਹੈ ਉਹ ਸਰਵਸੰਮਤੀ ਨਹੀਂ ਹੋਈ, ਹਾਲਾਂਕਿ ਕਾਂਗਰਸ ਦਾ ਪੱਖ ਵੀ ਜਾਣਾਂਗੇ। ਪੰਚੀ ਦੇ ਲਈ ਵੀ ਇੱਧਰ ਜਿਹੜੇ ਉਹ ਮਹਿਲਾ ਉਮੀਦਵਾਰੀ ਖੜੇ ਨੇ, ਕੀ ਨਾਮ ਹੈ? ਬਲਵਿੰਦਰ ਕੌਰ। ਪਹਿਲੀ ਵਾਰ ਖੜੇ ਹੋ ਤੇ ਕਿੱਦਾਂ ਦਾ ਲੱਗ ਰਿਹਾ ਤੇ ਕੀ ਕਿੰਨਾ ਦਾ ਹੌਸਲਾ ਮਿਲਿਆ ਕਿ ਜਿਹੜਾ ਤੁਸੀਂ ਪੰਚੀ ਦੇ ਲਈ ਅੱਗੇ ਆਏ? ਸਰਪੰਚ ਸਾਹਿਬ ਦਾ ਜੀ ਚੌਂਕ ਪੱਕਾ ਕਰਾਉਣਾ ਜੀ, ਬਾਹਰ ਜਿਹੜਾ ਸੜਕ ਜਾਂਦੀ ਹੈ ਜੀ, ਦੇਖੋ ਕੀ ਹਾਲ ਹੈ, ਕੋਈ ਰਿਸ਼ਤੇਦਾਰ ਕੋਈ ਵੀ ਮਰਜ਼ੀ ਆਉਂਦਾ, ਸਾਡਾ ਕਿੰਨਾ ਪਾਹੇ ਦਾ ਕੰਮ ਖਰਾਬ ਹੈ, ਕੋਈ ਪਾਣੀ ਕਿਸੇ ਪਾਸੇ ਲੰਘ ਨਹੀਂ ਰਿਹਾ ਜੀ, ਚੌਂਕ ਦਾ ਬਹੁਤ ਬੁਰਾ ਹਾਲ ਹੈ, ਕੋਈ ਗਰੀਬੀ ਦਾ ਵਾ ਜੀ, ਕੋਈ ਪੈਲਸ ਕੋਈ ਕੁਛ ਨਹੀਂ ਬਣਦਾ ਪਿੰਡ 'ਚ, ਇਹ ਸੰਮਤੀ ਨਾਲ ਜੀ ਬਣਾਉਣਾ ਚਾਹੁੰਦੀ ਹਾਂ। ਮਹਿਲਾਵਾਂ ਨੂੰ ਹਮੇਸ਼ਾ ਹੀ ਪਿੱਛੇ ਰੱਖਿਆ ਗਿਆ ਹੈ, ਕਦੀ ਅੱਗੇ ਨਹੀਂ ਆਉਣ ਦਿੱਤਾ ਗਿਆ, ਪਰ ਇਸ ਵਾਰ ਜਿਹੜਾ ਦੇਖਿਆ ਜਾਵੇ ਮਹਿਲਾਵਾਂ ਅੱਗੇ ਆ ਰਹੀਆਂ ਨੇ, ਲੱਗਦਾ ਹੈ ਮਰਦਾਂ ਦੇ ਮੁਕਾਬਲੇ ਜਾਂ ਉਹਨਾਂ ਤੋਂ ਅੱਗੇ ਨਿਕਲ ਸਕੋਗੇ? ਹਾਂਜੀ, ਕੋਸ਼ਿਸ਼ ਕਰਾਂਗੇ ਜੀ, ਕੋਸ਼ਿਸ਼ ਕਰਾਂਗੇ। ਪਿੰਡ ਵਾਲਿਆਂ ਦਾ ਸਹਿਯੋਗ ਮਿਲ? ਹਾਂਜੀ, ਸਾਰਿਆਂ ਦਾ ਨਾਲ ਹੈ ਜੀ। ਅੱਛਾ, ਅਤੇ
ਸਾਰੀਆਂ ਨੇ ਜੀ, ਪਾਣੀ ਦੀ ਕਾਸ਼ਤ ਬਹੁਤ ਹੈ ਜੀ, ਕਿਸੇ ਪਾਸੇ ਨਿਕਲ ਨਹੀਂ ਰਿਹਾ ਜੀ, ਕੋਈ ਚੌਂਕ ਨਹੀਂ ਪੱਕਾ, ਕੁਛ ਸੜਕਾਂ ਦੀ ਕਿੰਨੀ ਪ੍ਰੋਬਲਮ ਹੈ ਜੀ, ਕੋਈ ਮਰਜ਼ੀ ਗੱਡੀ ਖੜ੍ਹਨ ਨੂੰ ਕਿਤੇ ਜਗ੍ਹਾ ਨਹੀਂ, ਕੋਈ ਕੁਛ ਨਹੀਂ ਹੈ ਜੀ, ਇਹ ਸਾਰੇ ਹੱਲ ਧਰਮਸ਼ਾਲਾ ਸਾਰੀ ਜੀ ਹੱਲ ਕਰਨੀ ਹੈ ਜੀ, ਮਸਲਾ ਹੱਲ ਕਰਨਾ। ਸੋ ਇੱਥੇ ਪਿੰਡ ਦੇ ਵਿੱਚ ਪੰਚੀ ਤੋਂ ਲੈ ਕੇ ਸਰਪੰਚੀ ਤੱਕ ਦੋਨੋਂ ਉਮੀਦਵਾਰ ਜਿਹੜੀਆਂ ਨੇ ਉਹ ਮਹਿਲਾਵਾਂ ਖੜੀਆਂ ਨੇ, ਅਤੇ ਇਹਨਾਂ ਮਹਿਲਾਵਾਂ ਦਾ ਜਿਹੜਾ ਕਹਿਣਾ ਹੈ ਕਿ ਪਹਿਲ ਦੇ ਆਧਾਰ 'ਤੇ ਪਿੰਡ ਦੇ ਵਿਕਾਸ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾਵੇਗੀ, ਮੁੱਦੇ ਹੱਲ ਕੀਤੇ ਜਾਣਗੇ, ਪਿੰਡ ਵਾਲਿਆਂ ਦਾ ਸਹਿਯੋਗ ਵੀ ਜਿਹੜਾ ਹੈ ਉਹ ਇਹਨਾਂ ਨੂੰ ਮਿਲ ਰਿਹਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਜਿਹੜਾ ਹੈ ਉਹ ਇਹਨਾਂ ਨੂੰ ਪੂਰਾ ਜਿਹੜਾ ਹੈ ਉਹ ਹੌਸਲਾ ਅਫਜ਼ਾਈ ਕਰ ਰਹੇ ਨੇ ਤਾਂ ਜੋ ਜਿਹੜਾ ਹੈ ਉਹ ਪਿੰਡ ਦਾ ਵਿਕਾਸ ਹੋ ਸਕੇ। ਕੀ ਨਾਮ ਹੈ ਜੀ? ਜਸਵੀਰ ਸਿੰਘ ਜੀ, ਮਰਦ ਪ੍ਰਧਾਨ ਦੇਸ਼ ਕਿਹਾ ਜਾਂਦਾ ਸੀਗਾ, ਪਰ ਅੱਜ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ ਸਿਰਫ ਇਸ ਪਿੰਡ 'ਚ ਨਹੀਂ ਵੱਖ ਵੱਖ ਪਿੰਡਾਂ 'ਚ ਔਰਤਾਂ ਮੂਹਰੇ ਆ ਰਹੀਆਂ ਨੇ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਸਮਾਂ ਜੀ, ਅਸੀਂ ਕਹਿੰਦੇ ਵੀ ਔਰਤਾਂ ਹੋਣੀ ਚਾਹੀਦੀ ਮੂਹਰੇ, ਚੰਗੀ ਗੱਲ ਹੈ ਵੀ ਵਿਕਾਸ ਦਾ ਜਿਹੜਾ ਕੰਮ ਆ ਉਹ ਹੋਣਾ ਚਾਹੀਦਾ ਜੀ, ਠੀਕ ਹੈ। ਥੋੜ੍ਹਾ ਹੀ ਸਮਾਂ ਰਹਿ ਗਿਆ ਚੋਣਾਂ ਦੇ ਵਿੱਚ, ਹੈ ਨਾ, ਵੋਟਿੰਗ ਦੇ ਵਿੱਚ ਥੋੜ੍ਹਾ ਸਮਾਂ ਰਹਿ ਗਿਆ, ਕਿਹੜੇ ਮੁੱਦੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਾ ਚਾਹੁੰਦੇ ਹੋ ਕਿ ਪਿੰਡ ਵਾਸੀ ਦੇ ਨਾਤੇ? ਸਾਡੇ ਜੀ ਇੱਕ ਤਾਂ ਉੱਧਰ ਬਾਲਮੀਕੀਆਂ ਦੇ ਉੱਧਰ ਪਹਿਲੇ ਪਾਸੇ ਰਮਦਾਸ ਸਿੰਘ ਦੇ ਟੋਭਾ ਜੀ, ਉੱਥੇ ਕੈਂਸਰ ਦਾ ਬੜਾ ਪ੍ਰਭਾਵ ਸਾਡੇ ਹੈਗਾ ਜੀ, ਕਈ ਬੰਦੇ ਡੈਥ ਹੋ ਗਈ ਇਹਨਾਂ ਦੀ। ਬਾਕੀ ਸਾਡਾ ਜਿਹੜਾ ਪਿੰਡ ਦਾ ਤੁਸੀਂ ਦੇਖੋ ਜੀ, ਸਾਰੇ ਆਲੇ ਦੁਆਲੇ ਦੇਖੇ ਹੀ ਹੈ ਵੀ ਸਾਡੇ ਪਾਣੀ ਦਾ ਨਿਕਾਸ ਨਹੀਂ ਹੈ ਕਿਤੇ ਵੀ, ਉਹ ਪਾਣੀ ਦਾ ਨਿਕਾਸ ਜਿਹੜਾ ਬਾਹਰ ਹੋ ਜਾਵੇ ਸਾਡਾ ਬੜਾ ਬਚਾਓ ਜੀ ਗਰੀਬ ਪਰਿਵਾਰਾਂ ਦਾ ਜੀ, ਠੀਕ ਹੈ ਜੀ। ਬਾਕੀ ਜਿਹੜਾ ਵੀ ਅਸੀਂ ਤਾਂ ਸਾਨੂੰ ਕੋਈ ਪਾਰਟੀ ਵਾਲਾ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ, ਇਹ ਤਾਂ ਵਿਕਾਸ ਚਾਹੁੰਦੇ ਜੀ ਪਿੰਡ ਦਾ ਹੋਣਾ ਚਾਹੀਦਾ। ਇੰਨੇ ਸਾਲਾਂ ਤੋਂ ਪਿੰਡ ਦਾ ਵਿਕਾਸ ਹੋਇਆ ਕਿਉਂ ਨਹੀਂ? ਹੋਇਆ ਹੈ ਜੀ, ਹੁਣ ਪੈਸਾ ਸਾਡੇ ਉਰੇ ਤਕਰੀਬਨ 26 ਲੱਖ 35 ਹਜ਼ਾਰ ਰੁਪਇਆ ਹੈ ਜੀ। ਅੱਛਾ, ਉਹਦੇ ਵਿੱਚੋਂ ਥੋੜ੍ਹਾ ਜਿਹਾ ਕੋਈ 5 ਲੱਖ ਰੁਪਇਆ ਲੱਗਿਆ, ਬਾਕੀ ਪੈਸੇ ਦਾ ਕੋਈ ਪਤਾ ਨਹੀਂ ਲੱਗਿਆ ਜੀ ਕਿੱਥੇ ਗਿਆ, ਠੀਕ ਆ ਜੀ। ਬਾਕੀ MLA ਸਾਹਿਬ ਨੇ ਵੀ ਇਹਨਾਂ ਨੂੰ ਬੜਾ ਤਾੜਿਆ ਵੀ ਤੁਸੀਂ ਪੈਸੇ ਕਿੱਥੇ ਲਾਇਆ, ਉਹਦੇ ਬਾਰੇ ਕੁਛ ਨਹੀਂ ਸਾਨੂੰ ਪਤਾ। ਅੱਛਾ, ਬਸ ਜੀ ਨਹੀਂ, ਠੀਕ ਹੈ। ਤੇ ਹੁਣ ਲੱਗ ਰਿਹਾ ਕਿ ਜੋ ਕੰਮ ਮਰਦਾਂ ਨੇ ਨਹੀਂ ਕੀਤੇ ਔਰਤਾਂ ਕਰ ਪਾਣਗੀਆਂ। ਸੋ ਬਿਲਕੁਲ ਇਸ ਟਾਈਮ ਪਿੰਡ ਦੇ ਵਿੱਚ ਦੇਖਿਆ ਜਾਵੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਖਿਆ ਹੋਇਆ। ਲਖਵਿੰਦਰ ਕੌਰ, ਪਹਿਲੀ ਵਾਰ ਖੜੇ ਹੋ ਚੋਣਾਂ ਦੇ ਵਿੱਚ, ਕਿੱਦਾਂ ਦਾ ਲੱਗ ਰਿਹਾ? ਤੇ ਪਿੰਡ ਵਾਸੀਆਂ ਦਾ, ਪਰਿਵਾਰ ਦਾ ਸਹਿਯੋਗ ਮਿਲਿਆ? ਹਾਂਜੀ, ਬਹੁਤ ਸਹਿਯੋਗ ਹੈ ਜੀ ਪਿੰਡ ਵਾਸੀਆਂ ਦਾ, ਸਾਰੇ ਪਿੰਡ ਵਾਸੀਆਂ ਦਾ। ਤੇ ਜੇਕਰ ਗੱਲ ਕੀਤੀ ਜਾਵੇ, ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਅਖਾੜੇ ਦੇ ਵਿੱਚ ਉਤਰੇ ਹੋ? ਇੱਕ ਤਾਂ ਸਾਡੇ ਮੇਨ ਮੁੱਦਾ ਪਾਣੀ ਦੀ ਨਿਕਾਸੀ ਹੈ ਜੀ, ਬਾਕੀ ਹੋਰ ਵੀ ਬਹੁਤ ਮੁੱਦੇ ਨੇ ਜੀ ਜਿਹੜੇ ਪਿੰਡ ਦਾ ਵਿਕਾਸ ਨਹੀਂ ਹੋਇਆ ਬਿਲਕੁਲ। ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਸਾਡੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ। ਵਿਕਾਸ ਕਿਉਂ ਨਹੀਂ ਹੋਇਆ ਇੰਨੇ ਸਾਲਾਂ 'ਚ, ਕਿਉਂ ਪਿਛੜ ਗਿਆ ਪਿੰਡ? ਨਹੀਂ, ਇਹ ਇਸ ਬਾਰੇ ਕੁਛ ਨਹੀਂ ਕਹਿ ਸਕਦੇ। ਅਤੇ ਜੇਕਰ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਦੀ, ਪਿੰਡਾਂ ਪਿੰਡਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਰਹੇ ਨੇ, ਤੁਹਾਡੇ ਪਿੰਡ ਦੇ ਵਿੱਚ ਸਰਵਸੰਮਤੀ ਕਿਉਂ ਨਹੀਂ ਬਣੀ? ਕੁਛ ਨਹੀਂ ਕਹਿ ਸਕਦੇ ਜੀ, ਬਾਰੇ ਆਪਣੀ ਆਪਣੀ ਹਰ ਇੱਕ ਦੀ ਸੁਤੰਤਰਤਾ ਜੀ, ਕੋਈ ਵੀ ਖੜ ਸਕਦਾ ਜੀ, ਆਪਣੀ ਸਭ ਦੀ ਹੋਇਆ। ਅਤੇ ਜਦੋਂ ਜੇਕਰ ਤੁਹਾਨੂੰ ਸਰਪੰਚ ਦੇ ਵਿੱਚ ਜਿੱਤ ਹਾਸਲ ਹੁੰਦੀ ਹੈ, ਸਭ ਤੋਂ ਪਹਿਲੇ ਆਧਾਰ 'ਤੇ ਕਿਹੜੇ ਕੰਮ ਕਰੋਗੇ? ਅਸੀਂ ਵੀ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ, ਬਾਕੀ ਗਰੀਬਾਂ ਦਾ ਰੀਜ਼ਨ ਤੱਕ ਹੋ ਸਕੇਗਾ ਅਸੀਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਜਸਵੰਤ ਸਿੰਘ ਜੀ, ਕਾਂਗਰਸ ਦੇ ਹੀ ਦੋ ਦੋ ਉਮੀਦਵਾਰ ਇੱਕ ਪਿੰਡ ਦੇ ਵਿੱਚ ਕਿਉਂ ਖੜ੍ਹੇ ਹੋ ਗਏ? ਆਪਸ ਦੇ ਵਿੱਚ ਹੀ ਜਿਹੜੀ ਉਹ ਕਿਉਂ ਜਿਹੜੀ ਧੜੇਬੰਦੀ ਸਾਹਮਣੇ ਆਉਣ ਲੱਗ ਗਈ? ਦੂਜੀ ਪਾਰਟੀ ਨਹੀਂ ਮਿਲਦੀ ਉਹਦੇ ਕਰਕੇ ਦੋ ਹੋ ਗਈ। ਅੱਛਾ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸਰਵਸੰਮਤੀ ਬਣ ਰਹੀ ਸੀਗੀ ਪਰ ਉਹ ਵੀ ਬਣਦੇ ਬਣਦੇ ਰਹਿ ਗਈ, ਕਿਉਂ? ਬਣ ਰਹੀ ਵੀ ਬਣਦੇ ਬਣਦੇ ਰਹਿ ਗਈ ਕਿਉਂ, ਦੂਜੀ ਪਾਰਟੀ ਨੇ ਸਹਿਮਤੀ ਨਹੀਂ ਹੋਣੀ ਦਿੱਤੀ। ਸਹਿਮਤੀ ਨਹੀਂ? ਦੂਜੀ ਪਾਰਟੀ ਕਿਹੜੀ ਸੀ? ਮਨਜੀਤ ਸਿੰਘ, ਕਾਂਗਰਸ। ਕਾਂਗਰਸ? ਕਾਂਗਰਸ। ਅੱਛਾ, ਯਾਨੀ ਕਿ ਕਾਂਗਰਸ ਦੇ ਹੀ ਦੋ ਧੜੇ ਬਣ ਗਏ ਨੇ ਪਿੰਡ ਦੇ ਵਿੱਚ ਅਤੇ ਦੂਜੇ ਧੜੇ ਨੇ ਜਿਹੜਾ ਸਹਿਮਤੀ ਨਹੀਂ ਬਣਨ ਦਿੱਤੀ? ਹਾਂਜੀ। ਅੱਛਾ, ਤੁਸੀਂ ਸਾਰੇ ਸਹਿਮਤੀ ਬਣਾ ਰਹੇ ਸੀਗੇ? ਸਾਰੇ ਪਿੰਡ ਦੀ ਸਹਿਮਤੀ ਬਣਾ ਰਹੇ। ਅੱਛਾ ਜੀ, ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਕਾਲੀ ਅਤੇ ਕਾਂਗਰਸੀ ਜਿਹਨਾਂ ਨੂੰ ਮੁੱਖ ਵਿਰੋਧੀ ਧਿਰ ਕਿਹਾ ਜਾਂਦਾ ਹੈ, ਦੋਨਾਂ ਧਿਰਾਂ ਦੀ ਸਹਿਮਤੀ ਬਣ ਗਈ ਬਟ ਅਕਾਲੀ ਦਲ ਦੇ ਹੀ ਜਿਹੜੇ ਇੱਕ ਧੜੇ ਵੱਲੋਂ ਸਰਵਸੰਮਤੀ 'ਤੇ ਸਹਿਮਤੀ ਨਹੀਂ ਬਣੀ ਤਾਂ ਤੁਹਾਨੂੰ ਦੱਸ ਦਈਏ, ਸਰਵਸੰਮਤੀ ਜਿਹਨਾਂ ਦੇ ਨਾਮ 'ਤੇ ਬਣ ਰਹੀ ਸੀਗੀ ਇੱਕ ਨੌਜਵਾਨ ਨੂੰ ਪਿੰਡ ਦੇ ਸਰਪੰਚ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀ ਅਤੇ ਇਹਨਾਂ ਦੇ ਨਾਮ 'ਤੇ ਤਕਰੀਬਨ ਸਹਿਮਤੀ ਵੀ ਬਣ ਗਈ ਸੀ ਪਰ ਕਾਂਗਰਸ ਦੇ ਵੱਲੋਂ ਹੀ ਜਿਹੜਾ ਹੈ ਔੜਿੱਕਾ ਜਿਹੜਾ ਉਹ ਖੜਾ ਕਰ ਦਿੱਤਾ ਗਿਆ। ਕੀ ਨਾਮ ਹੈ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ, ਤੁਹਾਡੇ ਨਾਮ 'ਤੇ ਸਰਵਸੰਮਤੀ ਬਣ ਰਹੀ ਸੀ, ਫਿਰ ਆਖਿਰਕਾਰ ਕੀ ਹੋ ਗਿਆ? ਅਕਾਲੀ ਵਰਕਰਾਂ ਪੁਰਾਣੇ ਟਾਈਮ ਤੋਂ, ਬਟ ਜਿਹੜੀ ਸਰਕਾਰ ਹੁੰਦੀ ਆ ਸਮਰਥਨ ਸਾਡਾ ਉਹਨਾਂ ਨੂੰ ਜਾਂਦਾ, ਚਾਹੇ ਉਹ ਕਾਂਗਰਸ ਦੀ ਆ ਚਾਹੇ ਅਕਾਲੀਆਂ ਦੀ ਆ। ਅਤੇ ਗੱਲ ਇਹ ਹੋ ਗਈ ਕਿ ਜਿੱਦਾਂ ਗੱਲ ਕਰਦੇ ਸੀ ਆਪਾਂ ਮਨਜੀਤ ਸਿੰਘ ਦੀ, ਹੈ ਨਾ, ਅਤੇ ਉਹਨਾਂ ਦਾ ਮੁੱਦਾ ਸੀਗਾ ਕਿ ਉਹਨਾਂ ਨੇ ਨਹੀਂ ਬੈਠਣਾ ਹੈਗਾ, ਅਤੇ ਉਹਨਾਂ ਨੇ ਨਹੀਂ ਬੈਠਣਾ ਹੈਗਾ, ਫਿਰ ਗੱਲ ਇਹ ਆ ਗਈ ਕਿ ਜਿਹੜਾ ਦੂਜਾ ਕੈਂਡੀਡੇਟ ਹੋਵੇ ਅਤੇ ਉਹ ਕਾਂਗਰਸ ਦਾ ਹੀ ਹੋਵੇ ਜੇਕਰ ਆਪਾਂ ਨੇ ਸਰਪੰਚ ਬਣਾਉਣਾ, ਹੈ ਨਾ, ਜੇ ਅਕਾਲੀ ਦਾ ਬਣਾਉਣਾ ਅਕਾਲੀ ਦਾ ਵੈਸੇ ਹੀ ਡਾਊਨ ਪੈ ਜਾਂਦਾ, ਅਤੇ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਖੜਾ ਕੀਤਾ। ਪਾਰਟੀ ਵਾਜ ਨਹੀਂ ਚਾਹੁੰਦੇ,
ਜੇ ਇੱਕ ਬੰਦਾ ਖੜਾ ਹੋ ਗਿਆ ਤਾਂ ਅਸੀਂ ਉਸਦੇ ਨਾਲ ਹੀ ਖੜੇ। ਅਤੇ ਇੱਕ ਬੜੀ ਦਿਲਚਸਪ ਜਿਹੀ ਗੱਲ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਮਹਿਲਾਵਾਂ ਹੀ ਅੱਗੇ ਆ ਰਹੀਆਂ ਨੇ, ਕਿੱਦਾਂ ਦਾ ਲੱਗ ਰਿਹਾ ਕਿ ਜਿਹੜੇ ਸਮਾਜ ਨੂੰ ਮਰਦ ਪ੍ਰਧਾਨ ਕਿਹਾ ਜਾਂਦਾ ਸੀ ਉੱਥੇ ਔਰਤਾਂ ਅੱਗੇ ਆ ਰਹੀਆਂ ਨੇ? ਮੈਂ ਬਹੁਤ ਵਧੀਆ ਗੱਲ ਹੈ, ਕਿਉਂਕਿ ਉੱਦਾਂ ਵੀ ਕਹਿੰਦੇ ਵੀ ਔਰਤ ਮੁੰਡੇ ਨਾਲ ਮੁੰਡਾ ਲਾ ਕੇ ਚੱਲਦੀ ਹੈ ਹਰ ਇੱਕ ਕੰਮ 'ਚ, ਹੈ ਨਾ, ਅਤੇ ਇਹਦੇ 'ਚ ਵੀ ਅੱਗੇ ਆਉਣਾ ਜ਼ਰੂਰੀ ਆ, ਅਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਹੋ ਰਿਹਾ। ਚੰਗੀ ਗੱਲ, ਪਿੰਡ ਦੇ ਵਿੱਚ ਆਉਂਦੇ ਰਸਤੇ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਛੱਪੜ ਵੀ ਆ ਰਹੇ ਨੇ, ਸੜਕਾਂ ਵੀ ਟੁੱਟੀਆਂ ਹੋਈਆਂ ਨੇ, ਆਖਿਰਕਾਰ ਇੰਨੇ ਸਾਲਾਂ ਦੇ ਵਿੱਚ ਪਿੰਡ ਦਾ ਵਿਕਾਸ ਕਿਉਂ ਨਹੀਂ ਹੋਇਆ? ਇਹ ਪਿਛਲੇ ਸਮੇਂ ਦਾ ਜੀ ਕਾਂਗਰਸ ਅਕਾਲੀ ਸਰਕਾਰ ਸੀ, 10 ਸਾਲ ਇੱਥੇ ਆ ਕੇ ਉਹਨਾਂ ਗੇੜਾ ਨਹੀਂ ਮਾਰਿਆ, ਬਿਲਕੁਲ ਵੀ ਨਹੀਂ ਗੇੜਾ ਮਾਰਿਆ, ਸਾਰਾ ਪਿੰਡ ਉੱਥੇ ਆ, ਜਿਹਨੂੰ ਮਰਜ਼ੀ ਪੁੱਛ ਲਓ, ਇਸ ਕਰਕੇ ਪਿੱਛੇ ਸਾਡਾ ਵਿਕਾਸ ਬਹੁਤ ਪਿੱਛੇ ਚੱਲ ਰਿਹਾ। ਅੱਛਾ, ਅਤੇ ਹੁਣ ਕਿਹੜੇ ਕਿਹੜੇ ਉਹ ਮੁੱਦੇ ਨੇ ਜਿਹਨਾਂ ਦੀ ਤਰਜ਼ ਦੇ ਉੱਪਰ ਜਿਹੜੀਆਂ ਚੋਣਾਂ ਦੇ ਵਿੱਚ ਲੱਗ ਰਿਹਾ ਕਿ ਵਿਕਾਸ ਹੋਵੇ, ਤਾਂ ਕਿਹੜੇ ਮੁੱਦੇ ਲੈ ਕੇ ਤੁਸੀਂ ਉਮੀਦ ਕਰ ਰਹੇ ਹੋ? ਉਮੀਦ ਅਸੀਂ ਇਹੀ ਕਰ ਰਹੇ ਹਾਂ ਜੀ, ਕਾਂਗਰਸ ਸਰਕਾਰ ਹੈ ਜੀ, ਕਾਂਗਰਸ ਸਰਕਾਰ ਦਾ ਸਰਪੰਚ ਬਣ ਜਾਵੇ ਤਾਂ ਚੰਗੀ ਡਿਵੈਲਪਮੈਂਟ ਹੋ ਸਕੇ, ਆਪਾਂ ਕੰਮ ਚੰਗੇ ਕਰਵਾ ਸਕੀਏ, ਇਹੀ ਮੁੱਦੇ ਹੁੰਦੇ। ਜੇਕਰ ਉਮੀਦਵਾਰ ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਜੇਕਰ ਉਹ ਸਰਪੰਚ ਬਣਦੇ ਨੇ ਫਿਰ ਉਹਨਾਂ ਨੂੰ ਵੀ ਸਾਡੇ ਨਾਲ ਜੁੜਨਾ ਪੈਣਾ ਜੀ, ਕਾਂਗਰਸ ਨਾਲ ਜਿੰਨਾ ਟਾਈਮ ਕਾਂਗਰਸ ਸਰਕਾਰ ਹੈ ਜੀ, ਉਹ ਕਿਹੜਾ ਬਾਹਰ ਜਾਣਗੇ? ਤੁਹਾਡੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ? ਜਿਹੜਾ ਵੀ ਸਰਪੰਚ ਬਣਦਾ ਹੈ ਸਾਰਿਆਂ ਇਕੱਠੇ ਹੋ ਗਏ, ਇੱਕ ਛਤਰੀ ਥੱਲੇ ਬੈਠ ਗਏ ਸੀ, ਸਾਰਾ ਵਿਕਾਸ ਕੰਮ ਕਰਨਾ। ਬਿਲਕੁਲ, ਇਹ ਪਿੰਡ ਵਾਲਿਆਂ ਦਾ ਕਹਿਣਾ ਕਿ ਬੇਸ਼ੱਕ ਸਰਪੰਚ ਜਿਹੜਾ ਹੈ ਉਹ ਕਿਸੇ ਵੀ ਪਾਰਟੀ ਦਾ ਹੁੰਦਾ ਹੈ, ਬੇਸ਼ੱਕ ਉਹ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਦਾ ਹੋਵੇ, ਉਹਦਾ ਜਿਹੜਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕੀ ਨਾਮ ਹੈ? ਅਮਰੀਕ ਸਿੰਘ ਜੀ, ਮਹਿਲਾਵਾਂ ਪੰਚੀ ਤੋਂ ਲੈ ਕੇ ਸਰਪੰਚੀ ਤੱਕ ਉਮੀਦਵਾਰਾਂ ਦੇ ਵਿੱਚ ਖੜੀਆਂ ਨੇ, ਜਿਹੜਾ ਮੁਕਾਬਲਾ ਮਹਿਲਾਵਾਂ ਦੇ ਵਿੱਚ ਮਰਦਾਂ ਦੀ ਜਿਹੜੀ ਹੈ ਇਸ ਵਾਰ ਬਹੁਤ ਜ਼ਿਆਦਾ ਜਿਹੜਾ ਉਹਨਾਂ ਨੂੰ ਨਹੀਂ ਤਰਜਮਾਨੀ ਕੀਤੀ ਗਈ, ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਮਹਿਲਾਵਾਂ ਜੋ ਕਿ ਬਹੁਤ ਸਹਿਯੋਗ ਦੇ ਮੇਰੇ ਨਾਲ ਮਿਲ ਕੇ ਬਹੁਤ ਅੱਛੀ ਹੈ, ਘਰ ਤਾਂ ਸੰਭਾਲਦੀਆਂ ਸੀ, ਲੱਗਦਾ ਹੈ ਪਿੰਡ ਸੰਭਾਲ ਪਾਉਣਗੇ, ਪਿੰਡ ਵੀ ਨਾਲ ਵੀ ਮਦਦ ਕਰੂੰਗੀ ਸਾਂਸਦ, ਅਸੀਂ ਵੀ ਨਾਲ ਸਭ ਮਦਦ ਕਰਾਂਗੇ। ਅੱਛਾ, ਕਿਹੜੇ ਕਿਹੜੇ ਮੁੱਦੇ ਜਿਹੜੇ ਚਾਹੁੰਦੇ ਹੋ ਕਿ ਪਹਿਲ ਦੇ ਆਧਾਰ ਤੇ ਹੱਲ ਹੋਣ? ਹੱਲ ਤਾਂ ਜੀ ਪਿੰਡ ਦਾ ਵਿਕਾਸ ਹੈ ਜੀ, ਉਹ ਵਧੀਆ ਆਈ ਗੱਲ ਹੈ, ਜਿਹੜਾ ਨਾਲੇ ਨੂੰ ਜੋ ਵੀ ਆਪਣੇ ਪਿੰਡ ਦਾ ਸੁਧਾਰ ਹੈ ਜੀ, ਚੰਗੀ ਗੱਲ ਹੈ ਜੀ, ਇਸ ਤੋਂ ਬਹੁਤ ਵਧੀਆ ਕੰਮ ਹੋ ਗਿਆ, ਸਾਰੇ ਨਾਲ ਮਿਲ ਕੇ ਮਿਲਦਾ ਸੀ, ਪਿੰਡ ਦਾ ਵਿਕਾਸ ਪੰਚਾਇਤ ਸਾਰਿਆਂ ਨੂੰ ਨੰਬਰਦਾਰ ਮੌਕਾ ਮਿਲ ਦਿੱਤਾ ਜੀ। ਇੰਨੇ ਸਾਲਾਂ ਦੇ ਵਿੱਚ ਪਿੰਡ ਜਿਹੜਾ ਇੰਨਾ ਪਿਛੜਿਆ ਕਿਉਂ? ਹਾਂਜੀ, ਇੰਨੇ ਸਾਲ ਹੋ ਗਏ ਪਿਛੜਾ, ਤਾਂ ਜੀ ਆਇਆ ਵੀ ਪੂਰੇ ਆਉਂਦੇ ਸੀਗੇ, ਬਣਦੇ ਸੀ ਵਿੱਚ, ਆ ਜਾਂਦੇ ਹਾਂ ਪਾਰਟੀ ਵਿੱਚ ਕਰਕੇ, ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਮੁੱਦੇ ਹੁੰਦੇ, ਤੁਹਾਨੂੰ ਪਤਾ ਹੀ ਹੈ, ਅਸੀਂ ਤਾਂ ਕਹਿੰਦੇ ਵੀ ਜੋ ਪਿੰਡ ਦਾ ਵਿਕਾਸ ਪਿਛੜਿਆ ਹੋਇਆ ਹੈ। ਕਾਂਗਰਸ ਦੇ ਨਾਲ ਵੀ ਗੱਲ ਹੋਊਗੀ, ਅਕਾਲੀ ਦਲ ਦੇ ਨਾਲ ਵੀ ਗੱਲ ਹੋਊਗੀ, ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਚਾਹੁੰਦੇ ਨੇ ਤੇ ਕਿਹੜੇ ਮੁੱਦੇ ਹੱਲ ਕਰਵਾਉਣਾ ਚਾਹੁੰਦੇ ਨੇ ਪਹਿਲ ਦੇ ਆਧਾਰ ਤੇ। ਫਿਲਹਾਲ ਰੁਕਦੇ ਹਾਂ, ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਪੇਂਡੂ ਚੋਣਾਂ ਨੂੰ ਲੈ ਕੇ ਜਿਹੜਾ ਹੈ ਉਤਸ਼ਾਹ ਅਤੇ ਸਰਗਰਮੀਆਂ ਵਧੀਆਂ ਹੋਈਆਂ ਨੇ, ਲੋਕ ਸਭਾ ਚੋਣਾਂ ਦੇ ਨਾਲੋਂ ਘੱਟ ਜਿਹੜਾ ਮਾਹੌਲ ਇਸ ਵੇਲੇ ਨਹੀਂ ਬਣਿਆ ਹੋਇਆ ਪਿੰਡਾਂ ਦੇ ਵਿੱਚ, ਪਿੰਡਾਂ ਦੀਆਂ ਚੋਣਾਂ ਦੇ ਵਾਸਤੇ ਉਮੀਦਵਾਰ ਕੀ ਸੋਚਦੇ ਨੇ, ਕਿਹੜੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰ ਲਈ, ਪਰ ਆਮ ਲੋਕ ਜਿਹੜੇ ਪਿੰਡ ਦੇ ਨੇ ਉਹ ਕੀ ਸੋਚਦੇ ਨੇ? ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਬਕਾ ਸਰਪੰਚ ਨੇ ਪਿੰਡ ਦੇ ਕਿ ਆਖਿਰਕਾਰ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਕੀ ਕੀਤਾ ਅਤੇ ਹੁਣ ਜਿਹੜਾ ਉਹ ਕੀ ਸੋਚਦੇ ਨੇ। ਕੀ ਨਾਮ ਹੈ? ਹਰਿੰਦਰਜੀਤ ਸਿੰਘ ਜੀ। ਹਰਿੰਦਰਜੀਤ ਸਿੰਘ ਜੀ, ਕਿੰਨੀ ਵਾਰ ਸਰਪੰਚ ਰਹੇ? ਮੈਂ 5 ਸਾਲ ਸਰਪੰਚ ਰਿਹਾ ਜੀ, 5 ਸਾਲ ਬਲਾਕ ਸਮਿਤੀ ਮੈਂਬਰ। ਅੱਛਾ, ਉਹ 5 ਸਾਲਾਂ ਦੇ ਵਿੱਚ ਤੁਸੀਂ ਪਿੰਡ ਦਾ ਕਿਹੜਾ ਵਿਕਾਸ ਕੀਤਾ? ਅਸੀਂ ਤਾਂ ਮੈਡਮ ਪਾਣੀ ਦੀ ਟੈਂਕੀ ਲਵਾਈ ਜੀ, ਸਕੂਲ ਦੀ ਬਿਲਡਿੰਗ ਔਰ ਛੋਟੀਆਂ ਗਲੀਆਂ, ਬਾਕੀ ਸਾਡਾ ਫਿਰ ਕੰਮ ਅੱਧ ਵਿਚਾਲੇ ਜੀ, ਕੋਈ ਦੂਜੀ ਪਾਰਟੀ ਨੇ ਰੁਕਾ ਤਿਆ ਸੀ, ਪ੍ਰਬੰਧਕ ਲੱਗ ਗਿਆ ਸੀ, ਉੱਥੋਂ ਇੰਨਾ ਹੀ ਕੰਮ ਹੋਇਆ ਜੀ। ਅੱਛਾ, ਮੰਨਦੇ ਹੋ ਕਿ ਕੰਮ ਘੱਟ ਹੋਇਆ? ਕੰਮ ਘੱਟ ਹੋਇਆ ਜੀ, ਕੰਮ ਬਹੁਤ ਰਹਿੰਦਾ ਪਿੰਡ 'ਚ ਹੋਣ ਵਾਲੇ, ਸਾਡੇ ਇਸ ਟਾਈਮ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਜੀ, ਜੋ ਰਾਮਦਾਸੀਆ ਮੁਹੱਲਾ ਜੀ ਉੱਧਰ ਜੀ ਕੈਂਸਰ ਦੀ ਬਿਮਾਰੀ ਬਹੁਤ ਫੈਲ ਰਹੀ ਹੈ ਜੀ, ਜੋ ਪਿਛਲੀ ਪੰਚਾਇਤ ਸੀ ਉਹ ਫਰੀ ਹੈਂਡ ਸੀ ਜੀ, ਪੈਸਾ ਜੀ ਬਹੁਤ ਆਇਆ ਜੀ, ਉਹਨਾਂ ਨੂੰ ਕਿਸੇ ਨੇ ਰੋਕਿਆ ਵੀ ਨਹੀਂ, ਕੋਈ ਸ਼ਿਕਾਇਤਬਾਜ਼ੀ ਨਹੀਂ ਕਰੀ, ਪਰ ਉਹਨਾਂ ਦੀ ਨਲਾਇਕੀ ਕਾਰਨ ਪਿੰਡ ਦਾ ਬਹੁਤ ਪਿਛੜ ਕੇ ਵੱਗ ਗਿਆ ਜੀ। ਅੱਛਾ, ਹੁਣ ਵੀ ਅਸੀਂ ਇਹ ਮੁੰਡੇ ਦੇ ਇਸ ਕਰਦੇ ਸੀ ਸਹਿਮਤੀ ਗੁਰਪ੍ਰੀਤ ਸਿੰਘ 'ਤੇ ਜੀ, ਪਰ ਉਹਨਾਂ ਨੇ ਡਿੱਕਾ ਲਾ ਕੇ ਜੀ ਇਹਨੂੰ ਸਹਿਮਤੀ ਨਾ ਦਿੱਤੀ ਜੀ। ਅੱਛਾ, ਤੁਸੀਂ ਸਾਰੇ ਅਸੀਂ ਗੱਲ ਕੀਤੀ ਹੁਣ ਤੱਕ ਤਕਰੀਬਨ ਜਿੰਨੇ ਵੀ ਪਿੰਡ ਵਾਲਿਆਂ ਦੇ ਨਾਲ, ਉਹ ਵਾਰ ਵਾਰ ਮਨਜੀਤ ਸਿੰਘ ਦੇ ਉੱਪਰ ਹੀ ਨਾਮ ਆ ਰਿਹਾ ਕਿ ਉਹੀ ਇਕੱਲੇ ਜਿਹੜੇ ਸਹਿਮਤੀ ਨਹੀਂ ਬਣਦੇ, ਅਕਸਰ ਕੀ ਕਾਰਨ ਹੈ ਕਿ ਸਿਰਫ ਉਹਨਾਂ ਦੀ ਸਹਿਮਤੀ ਨਹੀਂ ਬਣਦੀ? ਇੱਥੋਂ ਦੇ ਨਗਰ ਨੇ ਜੀ, ਅਸੀਂ ਨਾਲੇ ਅਕਾਲੀ ਪਾਰਟੀਆਂ ਅਸੀਂ ਚੁੱਪ ਕਰ ਗਏ ਸੀ ਵੀ ਪਿੰਡ ਦਾ ਵਿਕਾਸ ਹੋਣ ਦਿਓ, ਵੀ ਵਿੱਚ ਰੋੜਾ ਨਾ ਡਾਓ, 4 ਬੰਦਿਆਂ ਨੇ ਨਾਂ ਰੱਖੇ ਜੀ, ਉਹਨੇ 4 'ਤੇ ਨਾਂ ਕਰਤੀ ਜੀ ਨਗਰ ਸਾਹਿਬ ਦੇ ਦਫ਼ਤਰ, ਉੱਥੋਂ ਪਰ ਚੱਲ ਕੇ ਆ ਗਏ ਜੀ, ਪਰ ਖੜਨ ਦਾ ਹਰ ਇੱਕ ਨੂੰ ਰਾਈਟ ਹੈ ਜੀ, ਤਾਂ ਫਿਰ ਅਸੀਂ ਵੀ ਅਕਾਲੀ ਦਲ ਵੱਲੋਂ ਭਰੇ ਜੀ, ਤੋ ਇਹਨਾਂ ਨੇ ਕਾਂਗਰਸ ਵੱਲੋਂ ਭਰੇ ਜੀ, ਨਹੀਂ ਤਾਂ ਤੁਸੀਂ ਪਹਿਲਾਂ ਸੋਚਿਆ ਨਹੀਂ ਸੀ? ਅਸੀਂ ਸੋਚਿਆ ਨਹੀਂ ਸੀ, ਅਸੀਂ ਇਹਨਾਂ ਦੇ ਨਾਲ ਹੀ ਸਹਿਮਤ ਚੱਲ ਰਹੇ ਜੀ।
ਔਰ ਇੱਕ ਬੰਦੇ ਨੇ ਸਾਰੇ ਪਿੰਡ ਦਾ ਪਹਿਲਾਂ ਹੀ 5 ਸਾਲ ਨਾਸ ਮਾਰ ਦਿੱਤੇ ਹੋ ਅੱਗੇ ਨੂੰ ਵੀ ਜਾਵੇ ਤੁਹਾਡੀ ਪਤਨੀ ਇਸ ਵਾਰ ਚੋਣ ਮੈਦਾਨ ਦੇ ਹਾਂਜੀ ਜੇਕਰ ਉਹਨਾਂ ਨੂੰ ਜਿਹੜੀ ਜਿੱਤ ਹਾਸਲ ਹੁੰਦੀ ਹੈ ਤੇ ਕੀ ਲੱਗਦਾ ਕਿ ਕਿਹੜੇ ਸਿੱਧੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਪਹਿਲ ਦਾ ਆਧਾਰ ਮੈਨੂੰ ਸਾਡੇ ਪਿੰਡ ਦਾ ਮੇਨ ਤਾਂ ਪਾਣੀ ਦੀ ਨਿਕਾਸੀ ਵਾਲਾ ਜੀ ਬਾਕੀ ਗਲੀਆਂ ਕੁਛ ਬਹੁਤ ਰਹਿੰਦੀਆਂ ਨੇ ਜੀ ਵੀ ਪੂਰਾ ਪਿੰਡ ਦਾ ਸੁੰਦਰੀਕਾਰ ਕਰਾਂਗੇ ਜੀ ਬਾਕੀ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਕੋਈ ਪਾਲਟੀ ਲੇਬਰ ਵਾਲਾ ਕੰਮ ਨਹੀਂ ਕਰਨਾ ਅਸੀਂ ਪਹਿਲਾਂ ਹੀ ਕਹਿਤੇ ਸੀ ਇਕੱਠ ਵੀ ਸਰਪੰਚ ਜਿਹੜਾ ਮਰਜ਼ੀ ਬਣੇ ਪੰਚ ਉਹਦੇ ਨਾਲ ਸਾਰੇ ਚੱਲਣ ਜੀ ਫਿਰ ਵੀ ਉਹਨਾਂ ਨੇ ਸ਼ਰਾਰਤ ਕਰਕੇ 2-3 ਵਾਰਡਾਂ 'ਚ ਪੰਚ ਡਬਲ ਡਬਲ ਖੜ੍ਹੇ ਕਰਤੇ ਜੀ ਹੁਣ ਇੱਥੇ ਸਹਿਮਤੀ ਨਾਲ ਪੰਚ ਬਣ ਗਿਆ ਜੀ ਸਾਡੇ 1 ਬਣ ਗਿਆ ਜੀ ਪਰ ਉਹ ਬੰਦੇ ਹਟੇ ਨਹੀਂ ਜੀ ਇੱਕ ਨਾਮ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਜਿਹਦੇ ਉੱਪਰ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਸਰਵਸੰਮਤੀ ਵੀ ਉਹਨਾਂ ਦੇ ਕਰਕੇ ਨਹੀਂ ਬਣ ਪਾਈ ਹੋਰ ਵੀ ਬੜੀਆਂ ਸਾਰੀਆਂ ਗੱਲਾਂ ਪਿੰਡ ਵਾਲਿਆਂ ਨੇ ਕਹੀਆਂ ਉਹ ਮਨਜੀਤ ਸਿੰਘ ਉਹੀ ਸਾਡੇ ਨਾਲ ਖੜੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਨਜੀਤ ਸਿੰਘ ਜੀ ਤੁਹਾਡਾ ਨਾਮ ਪਿੰਡ ਦੇ ਵਿੱਚ ਕਾਫੀ ਚਰਚਾ 'ਚ ਰਿਹਾ ਇਹ ਪਹਿਲਾਂ ਤਾਂ ਮੈਨੂੰ ਦੱਸੋ ਕਿ ਕਾਂਗਰਸ ਪਾਰਟੀ ਸੱਤਾਧਾਰੀ ਪਾਰਟੀ 1 ਧੜੇ 2 ਕਿਉਂ ਬਣ ਗਏ ਮੈਮ ਅਸੀਂ ਨਾ ਕੁਝ 15 ਦਿਨ ਤੋਂ ਪਹਿਲਾਂ ਹੀ ਸਾਰੇ ਪਿੰਡ ਨੂੰ ਇਕੱਠਾ ਕਰਕੇ ਅਸੀਂ ਗੁਰੂ ਘਰ ਅਨਾਊਂਸਮੈਂਟ ਕਰਾਈ ਵੀ ਆਪਾਂ ਇਕੱਠੇ ਹੋ ਕੇ ਆਪਾਂ ਸਰਵਸੰਮਤੀ ਕਰਨੀ ਇੱਕ ਬੰਦਾ ਆਪਾਂ ਚੁਣਨਾ ਜਿਹੜਾ ਸਾਡਾ ਦੂਜਾ ਧੜਾ ਉਹਨਾਂ ਨੇ ਉਸ ਇਕੱਠ ਦੇ ਵਿੱਚ ਆਉਣ ਦੀ ਬਜਾਏ ਕਹਿੰਦੇ ਵੀ ਅਸੀਂ ਤਾਂ ਅਲੱਗ ਹੀ ਖੜਨਾ ਉਹਨਾਂ ਨੇ ਹੀ ਸਾਡੇ ਨਾਲ ਕੰਪਰੋਮਾਈਜ਼ ਕੀਤਾ ਪਰ ਉਧਰੋਂ ਤੇ ਇਲਜ਼ਾਮ ਹੀ ਲੱਗ ਰਹੇ ਨੇ ਕਿ ਮਨਜੀਤ ਸਿੰਘ ਨੇ ਸਰਵਸੰਮਤੀ ਨਹੀਂ ਬਣਨ ਦਿੱਤੀ ਨਹੀਂ ਮੈਮ ਇਹ ਸਭ ਬੇਬੁਨਿਆਦ ਹੈ ਇਹ ਵੀ ਕਿਹਾ ਜਾ ਰਿਹਾ ਕਿ ਉਹ ਤੁਹਾਡੇ ਤੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਤਾਂ ਤੁਹਾਨੂੰ ਯਾਨੀ ਕਿ ਮਨਜੀਤ ਸਿੰਘ ਨੂੰ ਬਣਾ ਦਿੱਤਾ ਜਾਵੇ ਸਰਪੰਚ ਫਿਰ ਤਾਂ ਸਰਵਸੰਮਤੀ ਬਣ ਸਕਦੀ ਸੀ ਪਰ ਕਿਉਂਕਿ ਕਿਸੇ ਹੋਰ ਨੂੰ ਬਣਾ ਰਹੇ ਸੀ ਮਨਜੀਤ ਸਿੰਘ ਦੀ ਸਰਵਸੰਮਤੀ ਨਹੀਂ ਤੀਜੇ ਬੰਦੇ ਤੇ ਉਹਨਾਂ ਨੇ ਨਾਂ ਰੱਖਿਆ ਸਰਦਾਰ ਗੁਰਪ੍ਰੀਤ ਸਿੰਘ ਦਾ ਅਸੀਂ ਉਹਦੇ ਨਾਲ ਸਹਿਮਤ ਸੀਗੇ ਪਰ ਉਹਨਾਂ ਨੇ ਰਾਤ ਨੂੰ ਨਾਂ ਰੱਖ ਕੇ ਸਵੇਰ ਉਹਦਾ ਨਾਂ ਵੀ ਚੇਂਜ ਕਰਤਾ ਸੁਬਾ ਉਹਦੇ ਕਾਰਨ ਸਭ ਤੋਂ ਸੰਸਦੀ ਹੋਣੀ ਪਈ ਹੁਣ ਤੁਹਾਡੇ ਪਤਨੀ ਜਿਹੜੇ ਆ ਚੋਣ ਮੈਦਾਨ ਦੇ ਵਿੱਚ ਨੇ ਤਾਂ ਹੁਣ ਤੱਕ ਜੇਕਰ ਦੇਖਿਆ ਜਾਵੇ ਪਿੰਡ 'ਚ ਸਾਰੇ ਪਾਸੇ ਮਹਿਲਾਵਾਂ ਹੀ ਜਿਹੜੀਆਂ ਨੇ ਖੜੀਆਂ ਨੇ ਤੇ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪਿੰਡ 'ਚ ਵਿਰੋਧ ਹੋ ਰਿਹਾ ਹੈ ਕਿੰਨਾ ਕੁ ਤੁਹਾਨੂੰ ਕਿੰਨਾ ਕੁ ਸਾਥ ਆ ਪਿੰਡ ਵਾਲਿਆਂ ਦਾ ਮੈਮ ਤੁਸੀਂ ਦੇਖ ਹੀ ਰਹੇ ਹੋ ਬਾਕੀ ਸਭ ਇਹ ਵੀ ਕਹਿ ਰਹੇ ਨੇ ਕਿ ਤੁਹਾਨੂੰ ਨੌਜਵਾਨਾਂ ਦਾ ਸਾਥ ਬੜਾ ਮਿਲ ਰਿਹਾ ਹੈ ਉਹਦੇ ਪਿੱਛੇ ਕਾਰਨ ਕੀ ਹੈ ਨੌਜਵਾਨਾਂ ਦਾ ਸਾਥ ਮਿਲਣ ਦਾ ਕਾਰਨ ਇਹ ਹੈ ਜੀ ਨੌਜਵਾਨਾਂ ਨੂੰ ਅਸੀਂ ਗਰਾਊਂਡ ਹੋਰ ਜੋ ਵੀ ਆਉਂਦੀਆਂ ਮੰਗਾਂ ਨੇ ਅਸੀਂ ਪੂਰੀ ਕਰਕੇ ਦਿੰਦੇ ਹਾਂ ਪਰ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਤੁਸੀਂ ਖਾਰਜ ਕਰ ਰਹੇ ਹੋ ਸਾਰੇ ਖਾਰਜ ਕਰ ਰਹੇ ਹੋ ਕੀ ਨਾਮ ਹੈ ਗੁਰਵਿੰਦਰ ਸਿੰਘ ਹੈ ਜੀ ਪਿੰਡ ਛਲੇੜੀ ਤਲਾ ਗੁਰਵਿੰਦਰ ਤੁਸੀਂ ਮਨਜੀਤ ਸਿੰਘ ਦੇ ਨਾਲ ਕਿਉਂ ਖੜੇ ਹੋ ਜਦਕਿ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਜਿਹੜੀ ਚੀਜ਼ ਸਾਨੂੰ ਲੋੜ ਹੈ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਸਾਨੂੰ ਕਹਿਣ ਤੋਂ ਪਹਿਲਾਂ ਮਿਲਦੀ ਹੈ ਜੀ ਅਸੀਂ ਨਾਲ ਖੜਦੇ ਹਾਂ ਸਾਡੇ ਨਾਲ ਸਹਿਮਤ ਨੇ ਜੋ ਵੀ ਅਸੀਂ ਚੀਜ਼ ਕਹਿੰਦੇ ਹਾਂ ਸਾਨੂੰ ਜਿਹੜਾ ਸਮਾਨ ਚਾਹੀਦਾ ਸਾਨੂੰ ਮਿਲਦਾ ਅਸੀਂ ਕਿਵੇਂ ਨਾਲ ਸਾਥ ਦੇਈਏ ਅਸੀਂ ਗੱਲ ਕਰਾਂਗੇ ਜੇਕਰ ਨੌਜਵਾਨਾਂ ਦੇ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਬੜਾ ਬੋਲਬਾਲਾ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਹਾਲਾਤ ਨੇ ਕਹਿਣ ਦੀਆਂ ਗੱਲਾਂ ਨੇ ਜੀ ਜੇ ਆਪਾਂ ਆਪ ਹੀ ਹਾਹਾਕਾਰ ਮਚਾਵਾਂਗੇ ਸਾਡੇ ਪੰਜਾਬ 'ਚ ਜਾਂ ਸਾਡੇ ਪਿੰਡ 'ਚ ਨਸ਼ਾ ਤਾਂ ਅਸੀਂ ਆਪ ਹੀ ਮਰਾਂਗੇ ਸੰਗਤ ਦੇ ਸਾਨੂੰ ਕਹਿਣਾ ਚਾਹੀਦਾ ਵੀ ਨਹੀਂ ਐਵੇਂ ਦੀ ਕੋਈ ਗੱਲਬਾਤ ਹੈ ਨਹੀਂ ਤਾਂ ਆਪ ਹੀ ਘਟੂਗੀ ਸਾਡੇ ਪਿੰਡ ਤਾਂ ਬਹੁਤ ਹੈ ਮਨਜੀਤ ਸਿੰਘ ਦੇ ਨਾਲ ਖੜੇ ਹੋ ਹਾਂਜੀ ਹਾਂ ਨੌਜਵਾਨ ਹੋਣ ਦੇ ਨਾਤੇ ਕੀ ਲੱਗਦਾ ਕਿ ਕਿਹੜੇ ਮੁੱਦੇ ਨੇ ਜਿਹੜੇ ਹੱਲ ਸਭ ਤੋਂ ਪਹਿਲਾਂ ਹੋਣੇ ਚਾਹੀਦੇ ਨੇ ਇੱਕ ਨੌਜਵਾਨ ਦੀ ਸੋਚ ਕੀ ਕਹਿੰਦੀ ਹੈ ਮੈਡਮ ਪਹਿਲਾਂ ਗਰਾਊਂਡ ਚਾਹੀਦਾ ਗਰਾਊਂਡ ਹਾਲ ਤੱਕ ਪੂਰਾ ਹਾਂਜੀ ਇੱਕ ਜਿੰਮ ਦਾ ਸਮਾਨ ਆਇਆ ਵੀ ਜੀ ਉਹ ਮਨਜੀਤ ਸਿੰਘ ਨੇ ਆਪਣੇ ਘਰੇ ਰੱਖਿਆ ਵਾ ਜੀ 5 ਸਾਲ ਬਾਅਦ ਦਿੱਤਾ ਜੀ ਉਹ ਉਹਦੇ ਵਿੱਚ ਤੇ ਵੇਟ ਲੋਸ ਆ ਸਾਰਾ ਸਿਰਫ ਬਾਹਰਲਾ ਫਰੇਮ ਰੱਖਿਆ ਹੋਇਆ ਜੀ ਉਹ ਨਹੀਂ ਦਿੱਤਾ ਜੀ ਉਹਨੇ ਪਰ ਗਰਾਊਂਡ ਦੀ ਪੂਰਾ ਕੰਪਲੇਂਟ ਹੋਣ ਦੇ ਰਿਹਾ ਜੀ ਉਹ ਜਾਣ ਕੇ ਵਿੱਚ ਟੁੱਚਰ ਅੜਾਈ ਜਾਂਦਾ ਉਹ ਮੁੰਡਿਆਂ ਨੇ ਹੁਣ ਆਪਣੇ ਕੋਲ ਤੇ ਪੈਸੇ ਪਾ ਕੇ ਗਰਾਊਂਡ ਤਿਆਰ ਕੀਤਾ ਜੀ ਮਾੜਾ ਮੋਟਾ ਖੇਡਣ ਵਾਸਤੇ ਉਹਨੇ ਨਹੀਂ ਜਾਣੀ ਕੁਛ ਵੀ ਸਪੋਰਟ ਦਿੱਤੀ ਇੱਕ ਆਹ ਫਿਰਮੀ ਦੇ ਵਿੱਚ ਆ ਦੇਖ ਲਓ ਤੁਸੀਂ ਰੋਡ ਜਿਹੜਾ ਬਣਿਆ ਹੋਇਆ ਇਹ 2 ਵਾਰ ਬਣਾ ਤੇ ਜੀ ਮਨਜੀਤ ਕਾਗਜ਼ਾਂ ਦੇ ਵਿੱਚ ਜੀ ਆਨਲਾਈਨ ਕੱਢ ਕੇ ਦੇਖ ਸਕਦੇ ਹਾਂ ਹਾਂਜੀ ਮੈਡਮ ਸੜੀ 2 ਵਾਰੀ ਬਣਾ 2 ਵਾਰ ਬਣ ਗਈ ਜੀ ਕਾਗਜ਼ਾਂ ਜੀ ਅੱਛਾ ਇਸ ਗਲੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਗਲੀ ਪਿੱਛੇ ਦੇਖ ਸਕਦੇ ਹੋ ਇਸ ਗਲੀ ਤੋਂ ਉੱਪਰ ਇਹਨਾਂ ਦਾ ਕਹਿਣਾ ਹੈ ਕਿ ਕਾਗਜ਼ਾਂ ਦੇ ਵਿੱਚ ਤਾਂ ਜਿਹੜੀ ਹੈ ਉਹ ਗਲੀ 2 ਵਾਰ ਜਿਹੜੀ ਉਹ ਬਣ ਚੁੱਕੀ ਹੈ ਯਾਨੀ ਕਿ ਪੈਸਾ ਜਿਹੜਾ 2 ਵਾਰ ਇਸਤੇਮਾਲ ਹੋ ਚੁੱਕਾ ਹੈ ਪਰ ਇਸ ਦਾ ਵਿਕਾਸ ਕਿੰਨਾ ਕੁ ਹੋਇਆ ਹੈ ਗਲੀ ਦੀ ਜ਼ਮੀਨੀ ਹਕੀਕਤ ਕੀ ਹੈ ਮੈਨੂੰ ਲੱਗਦਾ ਹੈ ਕਿ ਕੁਝ ਦੱਸਣ ਦੀ ਲੋੜ ਨਹੀਂ ਹੈ ਇਹ ਖੁਦ ਤੁਸੀਂ ਦੇਖ ਰਹੇ ਹੋ ਖੁਦ ਬਖੁਦ ਜਿਹੜਾ ਹੈ ਉਹ ਬਿਆਨ ਕਰ ਰਹੀ ਹੈ ਜੂਸੀ ਤੱਕ ਬਣ ਚੁੱਕਿਆ ਇਹਦਾ ਪਿਛਲੀ ਪੰਚਾਇਤ ਨੇ ਇਹਦਾ 2 ਵਾਰੀ ਜੂਸੀ ਬਣਾ ਦਿੱਤਾ ਜੂਸੀ ਦਾ ਮਤਲਬ ਵੀ ਪ੍ਰੀ ਮਿਕਸ ਪੈ ਕੇ ਕੰਪਲੀਟ ਹੋ ਗਿਆ ਅੱਛਾ ਵੀ ਦਫ਼ਤਰੀ ਰਿਪੋਰਟ ਵੀ ਕਲੀਅਰ ਕਰਤੀ ਦੀ ਅੱਛਾ ਪਰ ਜ਼ਮੀਨੀ ਹਕੀਕਤ ਕੀ ਹੈ ਉਹ ਇਹ ਸਾਰਾ ਬਿਆਨ ਕਰ ਰਿਹਾ ਸੋ ਨੌਜਵਾਨਾਂ ਦੀ ਜਿੱਥੇ ਗੱਲ ਹੋ ਰਹੀ ਹੈ ਤਾਂ ਬੜੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਨੌਜਵਾਨਾਂ ਦੇ ਖੇਡਣ ਦੇ ਲਈ ਗਰਾਊਂਡ ਜਿਹੜਾ ਹੈ ਉਹ ਨਹੀਂ ਹੈ ਸਰਕਾਰ ਜਿੱਥੇ ਕਹਿ ਰਹੀ ਹੈ ਕਿ ਪਿੰਡਾਂ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਣ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਮੱਲਾ ਮਾਰਨ ਪਰ ਇੱਥੇ ਜਿਹੜਾ ਨੌਜਵਾਨਾਂ ਨੂੰ ਗਰਾਊਂਡ ਹੀ ਜਿਹੜੀ ਹੈ ਉਹ ਨਹੀਂ ਮਿਲ ਰਹੀ ਜਿਹੜੀ ਸਭ ਤੋਂ ਵੱਡੀ ਇੱਕ ਸਮੱਸਿਆ ਹੈ ਕੀ ਨਾਮ ਹੈ ਗੁਰਪ੍ਰੀਤ ਸਿੰਘ ਨੌਜਵਾਨਾਂ ਦੇ ਲਈ ਇੱਕ ਤਾਂ ਗਰਾਊਂਡ ਨਹੀਂ ਮਿਲ ਰਹੀ ਹੋਰ ਕੀ ਲੱਗ ਰਿਹਾ ਹੈ ਕਿ ਹੋਰ ਕਿਹੜੇ ਕਿਹੜੇ ਵੱਡੇ ਮੁੱਦੇ ਨੇ ਜਿਹੜੇ
उस सरपंच साहब नू असी एक बारी नहीं दस बारी कहा कि जदों भी कोई डैथ होंदी है तो सानू पानी विचों दे निकल के सानू बहुत समस्या आती उत्थे साडे रिश्तेदार के सभी सानू मतलब के बोलते सीगे कि भाई इहनू ठीक करो लेकिन साडी उत्थे किसी ने नहीं सुनी असी सारे पिंड ने छलेड़ी ने भी थेपर ने भी डेरे ने भी सारे पिंड ने रल के उत्थे मिट्टी पाई है जी। उस तो बाद असी सरपंच साहब को गए कि भाई सानू कागज़ ते सैन करके दो लिख के दो कि सानू 200 बूटा करीब मिलने सीगे दरख्त लेकिन उन्होंने सानू उस ते सैन करके भी दिते है कि असी कह रहे उद्दे विच बूटे लगाइए ते होर काम करिए बाकी भाई साहब ने सारा दस ही दिता। सब तो समस्या हैगी पानी की, ये तुसी पिंड छलेड़ी विच जिहड़ा टोबा हैगा वह जाके देख सकते हो कि जदों वह भरदा तो लोगों के घरां विच पानी वड़दा। सब तो बड़ी समस्या साढ़े पिंड पानी की है, ये नहीं है साढ़े को जगह नहीं है, सारा कुछ है कागजा में टोबे ने सारा कुछ है लेकिन उसका कोई हल नहीं हो रहा हूं तक, सानू इसका हल चाहिए। यानी कि साधन होने के बावजूद सारा कुछ उपयोग नहीं किया जा रहा, सारा कुछ है जी कागजा में टोबे देख सकते हो और डेरे के नेड़े बहुत ज्यादा बिल्ली जगह पी है उत्थे आपां मशीना लगा के सारा कुछ कर सकते हैं। पिंड के जेडे नेड़े नेड़े टोबे ने वह दिन पर दिन बंद हो रहे हैं, जेड़ा कि मान लो 2 किले टोबा सीगा अज वो अद्धे किले टोबा रहा है, बाकी सारा टोबा वो हौली हौली बंद होता जा रहा है। हाँ जी विकास मंगते हैं जी पिंड का, गंदे पानी का विकास जी, साडे पिंड च काफ़ी मौत हो चुकी है कैंसर नाल, तो उही हाल है जी एक ही सरकार आई जाई जाने ये जरा सा डेरा तकरीबन 150 वोट आई इतने सरपंच ही नहीं आने का मौका मिलता जी। सानू इस तरह लगता भी इतने वधिया इंसान ने भी जेडे पिंड का पहला भी इन्होंने जिन्ना कु हो सकता विकास करिया तो इतने मौका ही नहीं मिलता जी। ऐतकी है उम्मीद ऐतकी जेडे पिंड वासी कह रहे हैं भी ये साड़ी जी रुखविंदर कौर खड़ी भी इनू सरपंच बनावे हूँ देखता जे दूजे डेरा ज सा छरेड़ी कला पिंड साढ़े नाल लग के चलता तो पिंड का अगे ना तकरीबन 4 गुणा विकास हो सकता है। हाँ जी बिल्कुल बहुत बहुत शुक्रिया। सो पिंड छरेड़ी कला गलबात की पिंड के लोगों के नाल जमीनी हकीकत तो ग्राउंड जीरो तो जरा सब कुछ जानने की गलबात की है। ये नहीं गल कि पिंड पैसा नहीं है, पिंड वासियों का कहना कि साधन सारे ने पैसा भी आया है पर वो तरीके दे नाल जिहड़ा उहदा उपयोग जिहड़ा नहीं किया गया दुरउपयोग होया है। बार बार जिहड़ा है वो एक धड़े के उपर इल्जाम भी लग रहे हैं कि उस धड़े ने जिहड़ा है ना तो सर्वसम्मति दे नाल चोण दित्ती ना ही जिहड़ा है वो पिंड का विकास होने दित्ता। फिलहाल जिहड़ा है कुछ समा जिहड़ा वोटिंग दे विच बचिया है तो उम्मीदवारां दी जेकर गल की जाए तो मैदान दे विच दोनों पासों ही विरोधियों वालों अकाली होण कांग्रेसी होण महिलावां मैदान दे विच उतरियां होईयां ने। यानी कि यह तो तय है कि इस पिंड की जिहड़ी वो नुहार बदलनी है, इस पिंड की कमान जिहड़ी है वो एक महिला के हाथ के ही आएगी पर कि पार्टी होगी ये फिलहाल जरा ऐतवार को पता लगेगा। हुण देखना होगा कि इस पिंड के जिहड़े लोग ने वो किहदे हाथ जिहड़ा है वो अपनी कमान सौंपते हैं तो उस तो बाद इस पिंड की नुहार बदलती है या नहीं ये फिलहाल वड्डा सवाल है। अज के पंजाब बोलदा दे विच इन्ना ही, फिर हाजिर होवांगे किसी नवे विषय के उपर गलबात करने। फिलहाल मैनू यानी अमृत वीर दी नूं दिओ इजाजत, सत श्री अकाल।